ਹੈਲੋ ਐਵਰੀਵਨ, ਕਿਵੇਂ ਹੋ ਸਾਰੇ? ਵੈਲਕਮ ਬੈਕ ਟੂ ਆਰ ਚੈਨਲ। ਅਤੇ ਅੱਜ ਮੈਂ ਸਵੇਰੇ ਸਵੇਰੇ ਨਹਾ ਧੋ ਲਿਆ ਅਤੇ ਮੈਂ ਕਰਾ ਰਹੀ ਹਾਂ ਮੰਮਾ ਤੋਂ, ਆਈ ਮੀਨ ਮੈਂ ਵੇਟ ਕਰ ਰਹੀ ਹਾਂ ਕਦੋਂ ਮੰਮਾ ਮੇਰੇ ਸੇਰ ਕਰਨਗੇ। ਅਤੇ ਫਤਿਹ ਅੱਜ ਗਿਆ ਹੋਇਆ ਸਕੂਲ, ਕਿਉਂਕਿ ਉਹਦਾ ਅੱਜ ਇਗਜ਼ਾਮ ਹੈ ਮੇਰਾ ਕੱਲ੍ਹ ਮੈਥ ਦਾ। ਅਤੇ ਹੁਣ ਮੰਮਾ ਮੇਰੇ ਸੇਰ ਕਰਦੇ ਨੇ, ਇਸ ਤੋਂ ਬਾਅਦ ਮਿਲਦੇ ਹਾਂ। ਫਰੈਂਡਸ, ਹੁਣ ਮੰਮਾ ਨੇ ਮੇਰੇ ਸੇਰ 'ਤੇ ਕਰਤਾ ਅਤੇ ਅੱਜ ਫਿਰ ਮੰਮਾ ਨੇ ਮੇਰਾ ਇੱਕ ਨਿਊ ਹੇਅਰ ਸਟਾਈਲ ਕੀਤਾ ਹੈ। ਆਹ ਫਰੈਂਚ ਵਾਲੀਆਂ ਮੇਡੀਆਂ ਦੂਸਰੇ ਟਾਈਪ ਦੀਆਂ ਨੇ। ਅਤੇ ਹੁਣ ਮੈਂ ਚਿਕੂ ਨੂੰ ਚੈੱਕ ਕਰ ਲਾਂ ਕਿ ਉਹ ਕਰਦਾ ਕੀ ਪਿਆ। ਮੇਰੇ ਹਿਸਾਬ ਨਾਲ ਤਾਂ ਹੀ ਇਜ਼ ਸਲੀਪਿੰਗ। ਚੀਕੀ ਕੀ ਕਰਦੀ ਸੀ? ਵਾਸੀਆਂ ਲੈਂਦਾ ਪਿਆ। ਚਲੋ ਅਸੀਂ ਇਹਨੂੰ ਡਿਸਟਰਬ ਨਹੀਂ ਕਰਦੇ, ਉਹਨੂੰ ਸੁਣ ਦਿੰਦੇ ਹਾਂ। ਅਤੇ ਹੁਣ ਮੈਂ ਆਪਣੀ ਸਟੱਡੀ ਕਰ ਲਾਂ, ਕਿਉਂਕਿ ਕੱਲ੍ਹ ਫਿਰ ਮੈਥ ਦਾ ਇਗਜ਼ਾਮ। ਵੈਸੇ ਮੈਨੂੰ ਨਾ ਡਰ ਨਹੀਂ ਲੱਗਦਾ ਪਿਆ, ਕਿਉਂਕਿ ਮਤਲਬ ਪਹਿਲੀ ਵਾਰ ਐਸਾ ਹੁੰਦਾ ਪਿਆ, ਬਿਕੋਜ਼ ਮੈਂ ਆਪਣੀ ਸਾਰੀ ਪ੍ਰਿਪਰੇਸ਼ਨ ਕੀਤੀ ਹੋਈ ਹੈ ਆਲਰੇਡੀ, ਮੇਰਾ ਸਿਲੇਬਸ ਕੰਪਲੀਟ ਹੈ। ਬਟ ਸਟਿਲ ਥੋੜ੍ਹਾ ਬਹੁਤ ਮੈਥ ਦਾ ਇਗਜ਼ਾਮ, ਇਸ ਕਰਕੇ ਨਰਵਸਨੈਸ ਹੁੰਦੀ ਹੈ, ਇਸ ਕਰਕੇ ਮੈਂ ਦੁਬਾਰਾ। ਫਰੈਂਡਸ, ਹੁਣ ਮੈਂ ਕਰ ਰਹੀ ਹਾਂ ਆਪਣੇ ਮੈਥ ਦੀ ਰਿਵੀਜ਼ਨ, ਅਤੇ ਫਤਿਹ ਵੀ ਆਉਣ ਵਾਲਾ, ਉਹਦਾ ਵੀ ਟਾਈਮ ਹੋ ਚੱਲਿਆ। ਅੱਜ ਸਕੂਲ ਐਗਜ਼ਾਮ ਦੇਣ ਗਿਆ, ਪਤਾ ਨਹੀਂ ਹੁਣ ਸਾਡੀ ਡੇਟਸ ਫਿਰ ਚੇਂਜ ਹੋ ਗਈਆਂ ਨੇ। ਮਤਲਬ ਮੇਰਾ ਕੱਲ੍ਹ ਐਗਜ਼ਾਮ ਹੈ ਅਤੇ ਫਤਿਹ ਹੁਣ ਕੱਲ੍ਹ ਛੁੱਟੀ ਹੋਏਗੀ, ਅਤੇ ਹੁਣ ਇੱਕ ਇੱਕ ਕਰਕੇ ਅਸੀਂ ਸਕੂਲ ਜਮ੍ਹਾਂ ਕਰਾਂਗੇ ਐਵੇਂ। ਬਾਕੀ ਹੁਣ ਮੈਂ ਫਤਿਹ ਦੀ ਵੇਟ ਕਰਦੀ ਹਾਂ, ਅਤੇ ਮਿਲਣੇ ਥੋੜ੍ਹੀ ਦੇਰ ਬਾਅਦ। ਗਾਈਜ਼, ਹੁਣ ਫਤਿਹ ਵੀ ਆ ਗਿਆ ਸਕੂਲ ਤੋਂ। ਫਤਿਹ ਇੱਧਰ ਆ, ਆ ਜਾ ਆ ਜਾ। ਐਗਜ਼ਾਮ ਕਿਵੇਂ ਦਾ ਗਿਆ? ਟੌਪ ਮਾਰਾਂਗਾ ਮੈਥ 'ਚ। ਵਧੀਆ ਗਿਆ, ਚਲ ਵੈਰੀ ਗੁੱਡ। ਚਲੋ ਗਾਈਜ਼, ਇਹਦਾ ਤਾਂ ਹੁਣ ਮੈਥ ਖਤਮ ਹੋ ਗਿਆ, ਇਹਦਾ ਐਗਜ਼ਾਮ ਅੱਜ ਹੋ ਗਿਆ ਹੈ। ਹੁਣ ਕੱਲ੍ਹ ਮੇਰਾ ਹੋਏਗਾ ਅਤੇ ਪਤਾ ਨਹੀਂ ਕੀ ਹੋਏਗਾ, ਮੇਰਾ ਏਅਰਪੋਰਟ ਡਿੱਗ ਗਿਆ। ਬਾਕੀ ਵੇਖਦੇ ਹਾਂ। ਸਿਰ ਥੱਲੇ ਟਾਵਲ 'ਤੇ ਵਿਛਾ ਲੈਣਾ ਸੀ, ਕੋਈ ਗੱਲ ਨਹੀਂ। ਫਰੈਂਡਸ, ਹੁਣ ਫਤਿਹ ਸਕੂਲ ਤੋਂ ਆ ਗਿਆ, ਇਸ ਕਰਕੇ ਮੈਂ ਉਹਦੇ ਵਾਸਤੇ ਪਕਾ ਰਹੀ ਹਾਂ ਰੋਟੀ। ਦੇ ਦੇ ਆਈਆਂ ਦੋ ਰੋਟੀਆਂ, ਹੋਰ ਕਿਉਂ ਪਕਾ ਰਹੀ? ਅੱਛਾ, ਇੱਕ ਦੇ ਕੇ ਆਈ ਆ, ਠੀਕ ਹੈ। ਹੁਣ ਮੇਰੀ ਕੁੜੀ ਸਿਆਣੀ ਹੋ ਗਈ, ਵੱਡੀ ਹੋ ਗਈ, ਰੋਟੀ ਪਕਾਉਣ ਲੱਗ ਗਈ ਹੈ। ਆਪਣੇ ਫਰੈਂਡਸ ਤੋਂ ਹੀ ਬੋਲਿਆ ਗਾ, ਤੁਸੀਂ ਪਕਾਇਆ ਕਰੋ ਰੋਟੀਆਂ। ਪਕਾਉਂਦੀਆਂ ਨੇ ਮੇਰੀ। ਅੱਛਾ, ਤੇ ਆਪਣੇ ਸਬਸਕ੍ਰਾਈਬਰਸ ਨੂੰ ਹੀ ਬੋਲਣਾ। ਹਾਂ ਗਾਈਸ, ਤੁਸੀਂ ਸਾਰੇ ਆਪਣੇ ਘਰਾਂ 'ਚ ਆਪਣੀ ਫੈਮਿਲੀ ਨਾਲ ਹੈਲਪ ਕਰਾਇਆ ਕਰੋ, ਆਪਣੀ ਮੰਮਾ ਦੀ, ਆਪਣੀ ਦਾਦੀ ਮੰਮਾ ਦੀ। ਗਾਈਸ, ਹੁਣ ਮੈਂ ਫਤਿਹ ਨੂੰ ਰੋਟੀ ਖਵਾ ਲਈ, ਹੁਣ ਮੈਂ ਚੀਕ ਨੂੰ ਖਵਾਵਾਂਗੀ, ਇਸ ਕਰਕੇ ਮੈਂ ਉਹਦੀ ਬਣਾ ਲਈ ਪੈਡੀਗਰੀ 35 21 22 23। ਇੱਧਰ ਬੈਠਾ ਆਪਣੀ ਰੋਟੀ ਦੀ ਵੇਟ ਵਿੱਚ, ਹਨਾ ਚੀਕੂ? ਆਪਣੀ ਰੋਟੀ ਦੀ ਵੇਟ 'ਚ ਬੈਠਾ, ਕਿਵੇਂ ਕੰਬਣ ਦਿਆ ਸੀਰਤ? ਬੜੀ ਸੋਹਣੀ ਡਰਾਇੰਗ ਮੇਰੇ ਮੁੰਡੇ ਦੀ ਤੇ ਹੈ ਫਤਿਹ, ਬੜੀ ਸੋਹਣੀ ਮਹਿੰਦੀ ਲਾਈ ਫਤਿਹ। ਫਿਰ ਵੇ ਲੈ, ਉਹ ਜ਼ਿਆਦਾ ਨਾ ਲਾ, ਹੁਣ ਜੱਟ ਲਿਖੇਗਾ ਵੇ, ਰਹਿਣ ਦੇ ਵੇ, ਪਤਾ ਹੀ ਹੈ ਸਾਰਿਆਂ ਨੂੰ ਹੈ ਓਏ। ਤੈਨੂੰ ਨਹੀਂ ਲੱਭਿਆ ਸਿਰ ਕੋਈ ਡਿਜ਼ਾਈਨ ਹਾਲੇ ਤੱਕ? ਫਤਿਹ, ਹਾਂਜੀ, ਜਾਓ ਦਾਦੂ ਦਾ ਕਹਿਣਾ ਮੰਨੋ। ਦਾਦੂ ਇੱਕ ਮਿੰਟ ਬਸ। ਗਾਈਸ, ਫਾਈਨਲੀ ਮੇਰੀ ਮਹਿੰਦੀ ਹੋ ਗਈ ਹੈ ਕੰਪਲੀਟ, ਤੁਸੀਂ ਵੇਖ ਹੀ ਸਕਦੇ ਹੋ, ਬਹੁਤ ਸੋਹਣੀ ਮੰਮਾ ਨੇ ਬਣਾਈ ਹੈ। ਪਹਿਲਾਂ ਤਾਂ ਮੈਂ ਹੀ ਲੱਗਣ ਲੱਗੀ ਸਾਂ ਮਹਿੰਦੀ ਲਾਉਣ ਲੱਗੀ ਸਾਂ, ਲੇਕਿਨ ਤੁਹਾਨੂੰ ਪਤਾ ਹੀ ਹੈ ਮੈਂ ਇੰਨੀ ਅੱਛੀ ਕੋਈ ਲਾਉਣੀ ਸੀ, ਲੇਕਿਨ ਫਾਈਨਲੀ ਫਿਰ ਮੰਮਾ ਨੇ ਕਿਹਾ ਕਿ ਮੈਂ ਲਾ ਦਿੰਦੀ ਹਾਂ। ਸਿੰਪਲ ਸਿੰਪਲ ਹੀ ਲਾਈ ਮੈਂ, ਤਾਂ ਬਹੁਤ ਸੋਹਣੀ ਲੱਗਦੀ। ਤੁਸੀਂ ਕੁਵਿਕ ਗਾਈਸ, ਸਾਡਾ ਉਹਨਾਂ ਦਾ ਲੱਗਿਆ ਖੇਡਣ, ਛੱਡ ਦੇ ਲਿਫਾਫੇ ਨੂੰ, ਨਹੀਂ ਖੇਡਣਾ, ਖੇਡਣ ਦੇ ਕੋਈ ਗੱਲ ਨਹੀਂ, ਖੇਡਣ ਵੀ ਪੈਸਾ ਖਾਸ ਹੋ ਗਿਆ, ਹੁਣ ਪੈਰਾਂ ਲੱਗ ਜਾਏਗਾ। ਹੁਣ ਇਹਨੇ ਸੁਸਤੀ ਚੜੀ, ਕਿਉਂਕਿ ਧੁੱਪ ਵਿੱਚ ਜ਼ਿਆਦਾ ਦੇਰ ਟਿਕਦਾ ਨਹੀਂ, ਸੌਂਦਾ ਨਹੀਂ ਨਾ ਪਿਆ, ਸੋ ਜੇ ਵੇਚੀ ਕੁਆ, ਵੇਚੀ ਕੁਆ, ਛੱਡ ਦੇ। ਫਰੈਂਡਸ, ਹੁਣ ਹੋ ਗਈ ਹੈ ਸ਼ਾਮ ਅਤੇ ਮੈਂ ਦੁੱਧ ਪੀਤਾ ਨਹੀਂ, ਇਸ ਕਰਕੇ ਮੈਂ ਮੰਮਾ ਨੂੰ ਕਿਹਾ ਕਿ ਮੈਨੂੰ ਪਾਈਨਐਪਲ ਕਰ ਦਿਓ, ਅਤੇ ਮੇਰਾ ਫੇਵਰੇਟ ਫਰੂਟ ਹੈ ਪਾਈਨਐਪਲ, ਮਜ਼ਾ ਆ ਜਾਂਦਾ, ਬਹੁਤ ਜੂਸੀ ਜੂਸੀ ਲੱਗਦਾ। ਅਤੇ ਹੁਣ ਮੈਂ ਖਾਵਾਂਗੀ, ਅਤੇ ਅੱਜ ਮੰਮਾ ਜੀ ਅੱਜ ਮੈਂ ਇਹਦੀ ਆਈਸਕ੍ਰੀਮ ਬਣਾ ਕੇ ਖਾਵਾਂਗੀ, ਮਤਲਬ ਪੋਪਸੀਕਲ ਕਾਇੰਡ ਆਫ। ਨੋਰਮਲ ਖਾਣਾ ਪਲੀਜ਼ ਮੰਮਾ, ਪਲੀਜ਼ ਉਹ ਸਕੁਆਇਰ ਜਿਹੀ ਸ਼ੇਪ 'ਚ ਕੱਟ ਦਿਓ, ਬਹੁਤ ਟੇਸਟੀ ਲੱਗਦਾ, ਬੜਾ ਵਧੀਆ ਲੱਗਦਾ। ਮੈਂ ਆਪਣੀ ਚੌਪਸਟਿਕ ਵੀ ਰੈਡੀ ਕਰ ਲਈਏ, ਆਈਸਕ੍ਰੀਮ ਸਟਿਕ। ਮੰਮਾ ਪਲੀਜ਼, ਮੰਮਾ ਪਲੀਜ਼, ਮੰਮਾ ਪਲੀਜ਼।
ਫਰੈਂਡਸ ਫਾਈਨਲੀ ਆ ਮੇਰੀ ਪੋਪਸੀਕਲ ਰੈਡੀ ਹੋ ਗਈ ਹੈ ਅਤੇ ਮੰਮਾ ਨੇ ਪਤਾ ਨਹੀਂ ਇੰਨੀ ਵਧੀਆ ਬਣਾਤੀ ਹੈ, ਬਹੁਤ ਯੰਮੀ ਲੱਗਦਾ ਪਿਆ ਅਤੇ ਫਤਿਹ ਵੀ ਇੱਧਰ ਲੱਗਿਆ ਉਹਦੇ ਵਿੱਚ ਐਡੀ ਡੰਡੀ ਸਮਝ ਨਹੀਂ ਦਿੱਤੀ, ਐਵੇਂ ਵੀ ਖਾਂਦਾ, ਬਹੁਤ ਯੰਮੀ ਲੱਗਦਾ ਪਿਆ। ਤੇਰੇ ਬੈਗ, ਤੇਰਾ ਬੈਗ ਆ, ਦੋ ਬੁੱਕਸ ਇਹਦੇ ਚ, ਮੈਂ ਟੈਸਟ ਬਣਾਉਣਾ ਸੀ, ਮੈਂ ਟੈਸਟ ਕਰਨਾ ਮੇਰੇ ਪੈਨ, ਬਸ ਚਲ ਜਾ। ਤੋਰ ਕੇ ਦੀਦੀ ਚੀਕੂ, ਓਏ ਚੀਕੂ ਬਾਏ ਕਰ ਦੀਦੀ ਨੂੰ, ਬਾਏ। ਫਰੈਂਡਸ ਹੁਣ ਅਸੀਂ ਟਿਊਸ਼ਨ ਤੋਂ ਤੇ ਆ ਗਏ ਹਾਂ ਅਤੇ ਅਸੀਂ ਜਾਣਾ ਹੈ ਹੁਣ ਆਪਟੀਕਲ ਵਾਲੀ ਸ਼ੋਪ 'ਤੇ, ਕਿਉਂਕਿ ਅਸੀਂ ਜਦੋਂ ਪਿਛਲੀ ਵਾਰ ਆਪਣੀ ਅੱਖਾਂ ਵਿਖਾਉਣ ਗਏ ਸਾਂ ਉਦੋਂ ਅਸੀਂ ਚਸ਼ਮੇ ਲੈਣੇ ਸਨ ਲੇਕਿਨ ਲੈ ਨਹੀਂ ਪਾਏ ਬਿਕੋਜ਼ ਲੇਟ ਹੋ ਗਿਆ ਸੀ, ਇਸ ਕਰਕੇ ਅੱਜ ਅਸੀਂ ਜਾ ਰਹੇ ਹਾਂ, ਪਾਪਾ ਵੀ ਆਉਣ ਵਾਲੇ ਨੇ, ਤੁਹਾਨੂੰ ਅਸੀਂ ਚੱਲਾਂਗੇ ਆਪਟੀਕਲ ਵਾਲੇ ਕੋਲ, ਚਲੋ ਚੱਲੀਏ। ਫਰੈਂਡਸ ਇੰਨੇ ਦਿਨ ਹੋ ਗਏ ਨੇ, ਇਹਨਾਂ ਨਾ ਕਾਰ ਚਾਹੀਦੀ ਨਾ, ਟ੍ਰੇਡਿੰਗ ਵਾਲੇ ਫੁੱਟਬਾਲ ਵਾਲੇ ਹੁੰਦੇ ਨੇ, ਅਤੇ ਇਹਨੇ ਇੰਨੇ ਦਿਨ ਦਾ ਲੋਅ ਪੀਤਾ ਤੁਹਾਨੂੰ ਫਾਈਨਲੀ ਇਹਨੂੰ ਕੋਰੀਅਰ ਰਹਿੰਦਾ ਆਇਆ ਉਹ ਵੀ ਇਹਨੇ ਲਓ ਮੇਰਾ ਪੀਤਾ ਛੇਤੀ ਕਾਰ ਛੇਤੀ ਪਾਪਾ। ਅੱਛਾ ਪੂਰਾ ਹੀ ਇਹ ਪੈਕਟ ਜਿਹਾ ਕਾਰਡਸ ਦਾ, ਤੇ ਆ ਬਸ ਆ ਇੱਕ ਆ ਕਿਸੇ ਹੋ ਆਪਣੇ ਦੋਸਤ ਨੂੰ ਦੇਗਾ, ਉਹ ਕੋਈ ਹੋਰ ਕਾਰਡ ਨੂੰ ਦੇ, ਬਸ ਆ ਕਿਦੇ ਫਤੇ ਕਮਲੇ ਹੋ ਯਾਰ। ਹੈ ਚਲ ਕਾਰ ਓਪਨ, ਉਹ ਬਾਣ ਪਾਪੜ ਵਾਲਾ ਭਾਈ ਆਇਆ ਸੀ, ਬੇੜਾ ਨਹੀਂ ਪਾਪੜ ਗੰਦੇ ਮੰਦੇ ਤੇਲ 'ਚ ਬੇੜਾ ਤਲਦੇ ਨੇ, ਆਪਣੇ ਘਰ ਬਣ ਲਾ ਲਓ ਐਵੇਂ ਦੀ ਚੀਜ਼ਾਂ, ਉਹ ਲਿੱਜਤ ਪਾਪੜ ਲੈਵਾਂਗੇ। ਪਤਾ ਕੀ ਹੋਰ ਕੋਈ ਚੱਕਰ ਨਹੀਂ ਹੁੰਦਾ, ਟੇਸਟੀ ਤਾਂ ਲੱਗਦੇ ਨੇ ਆਪਾਂ ਨੂੰ ਪਰ ਤੇਲ ਵਧੀਆ ਨਹੀਂ ਹੁੰਦਾ ਬਾਈ ਉਹਨਾਂ ਦਾ, ਮਾੜਾ ਤੇਲ ਯੂਜ਼ ਕਰਦੇ ਨੇ ਉਹ। ਖੁਲਵਾ ਨਵੀਰ ਨੂੰ ਓਪਨ ਕਰਕੇ ਦੇ, ਉਹ ਬੇਟਾ ਸਪੇਸ ਦਾ ਸਮਥਿੰਗ ਕੁਛ ਬਣਾਇਆ, ਜਾਵਾਂਗੇ ਕਲਪਨਾ ਚਾਵਲਾ ਤਾਰਾ ਮੰਡਲ ਦਾ ਨਾਮ ਹੈ। ਆਸ ਵੀ ਕਰ ਦਿੰਦੀ ਵੀ ਅਸੀਂ ਵੇਟਿੰਗ ਕਰ ਸਕਦੇ ਹਾਂ, ਇੰਨੇ ਸਾਰੇ ਕੋਰਸ ਕੀ ਸਾਡੀ ਅਰਥ ਤੇ ਕਿੰਨਾ ਵੇਟ ਹੈ, ਵੀਨਸ ਤੇ ਕਿੰਨਾ ਵੇਟ ਹੈ। ਅੱਛਾ ਉੱਥੇ ਅਲੱਗ ਅਲੱਗ ਸਿਸਟਮ ਹੈ, ਚਲੋ ਬਣਾਉਣੇ ਕਿਤੇ ਪੇਪਰ ਦੋ, ਪਹਿਲਾਂ ਪੇਪਰ ਫਿਨਿਸ਼ ਹੋਣੇ, ਵਿਖਾਓ ਮੈਨੂੰ, ਵਿਖਾ ਕੀ ਹੈ, ਵਿਖਾ ਕੀ ਚੀਜ਼, ਵੇਖਣ ਤੇ ਦੇ, ਰੋਜ਼ ਰੋਲਾ ਪਾਉਂਦਾ ਹੈ। ਅੱਛਾ ਇਹੀ ਸੀ ਉਹ ਉਹੀ ਨੇ ਗੋਲਡ ਗੋਲਡ ਕਾਰਡ ਹੀ ਨੇ ਜਿਹੜੇ ਤੂੰ ਮੰਗਦਾ ਹੈ। ਡੋਗੋ ਕੋਸਟਾ, ਡੋਗੋ ਕੋਸਟਾ ਕੌਣ ਹੈ, ਚੰਗੀ ਰਹੀ ਨਾ ਐਨਕਾਂ ਲਵਾ ਕੇ, ਜੱਖਾਂ ਆਪਣੀ ਬਚਾ ਕੇ ਰੱਖੋ ਤੇ ਸਹੀ ਰਹੋ। ਕੀ ਦਵਾ ਦੋ, ਮੇਰੀ ਜੁੱਤੀ ਨੰਬਰ ਕਿੰਨਾ ਪਤਾ, 9 ਨੰਬਰ ਦੀ ਹੈ, ਛਾਪਾ ਬੜਾ ਮੋਟਾ ਵੱਜਦਾ, ਲੈ ਲੈ ਕੇ ਰੱਖ ਦਿੰਦਾ, ਉਦੋਂ ਬਾਅਦ ਚਲਾਉਂਦਾ ਹੈ ਨਹੀਂ। ਚਲਾਉਣਾ ਵਾ, ਵਾ ਮੈਡਮ ਜੀ ਇਧਰ ਬੇਟਾ, ਇਧਰ ਖਾਓ, ਥੋੜੀ ਛੋਟੀ ਨਹੀਂ ਲੱਗਦੀ, ਉਹ ਖਾਓ ਸਹੀ ਸਿੱਧ ਵਿਖਾ ਬੇਟਾ, ਹੋਰ ਛੋਟੀ ਨੂੰ ਵੱਡੀਆਂ ਨੇ ਕਲਾਣੀ ਬਥੇਰੀ, ਜਿਹੜੀ ਕਹਿੰਦੀ ਉਹ ਵਿਖਾਓ ਇਹਨੂੰ ਪਹਿਲਾਂ, ਆਹ ਜ਼ਿਆਦਾ ਸੋਹਣੀ ਲੱਗੀ, ਗੋਲ ਸ਼ੇਪ ਜ਼ਿਆਦਾ ਨਹੀਂ, ਗੋਲ ਨਹੀਂ ਵਧੀਆ ਲੱਗਦੀ, ਸਿੱਧ ਵਿਖਾ ਮੈਨੂੰ ਇੱਧਰ ਬੇਟਾ ਲੱਗ ਪਾ, ਐਵੇਂ ਇੰਨੀ ਸੋਹਣੀ ਲੱਗਦੀ ਵੀ ਇਹ ਮੋਟੂ ਬੜੇ ਧਿਆਨ ਨਾਲ, ਯੂਟਿਊਬ ਚੈਨਲ ਮੈਡਮ ਕਹਿੰਦੇ ਪਏ ਅਸੀਂ ਜਾਣਦੇ ਨੀ, ਓ ਤੇਰਾ ਨਾਮ ਗੁਰਫਤਿਹ, ਇਹਨਾਂ ਨੂੰ ਪਤਾ ਹੀ ਫਤਿਹ ਹੁਣ, ਅੱਛਾ ਪਤਾ ਸੀ, ਫਿਰ ਆਪ ਯੂਟਿਊਬ ਚੈਨਲ ਚੈੱਕ ਕਰੋ ਫਿਰ ਆਪਕੋ ਪਤਾ ਲੱਗੇਗਾ ਕੌਣ ਹੈ। ਬਹੁਤ ਸੋਹਣੀਆਂ ਨੇ ਸਾਰੀਆਂ ਵਾਲ ਕਲੋਕਸ, ਪਤਾ ਨੀ ਇੱਕ ਸਭ ਤੋਂ ਵਧੀਆ ਚੀਜ਼ ਵੇਖੋ ਆ ਗਏ ਯੂਜ਼ੇਬਲ, ਚੱਲਦਾ ਸਿਮ ਪੈਂਦੀ ਇਹਦੇ, ਸੇਮ ਪੈਂਦੀ ਇਹਦੇ
ਬਸ ਐਵੇਂ ਕਮਾਉਣ ਵਾਲਾ ਪਹਿਲਾਂ ਪੁਰਾਣਾ ਨਾ ਇਹ ਡਾਇਲ ਕਰਨ ਵਾਲਾ ਜਸ ਆਈਟਮ ਜ਼ਬਰਦਸਤ ਕੀ ਲੁੱਟ ਗਿਆ ਭਾਈ ਅੱਜ ਮੈਂ ਕੁਝ ਗੱਲ ਖਰੀਦ ਕੇ ਜਾਵਾਂਗਾ ਉਹ ਤੁਹਾਡੀ ਨੂੰ ਕੀ ਗੱਲ ਓਹੋ ਓਹੋ ਲੋਟਰੀ ਲੱਗ ਗਈ ਫਤਿਹ ਦੀ ਕੋਈ ਮੱਗ ਨੇ ਵਾਓ 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 ਕਿਹਾ ਬਾਈ ਸ਼ਾਨਦਾਰ ਦੁਕਾਨ ਹੈ ਫਤਿਹ ਤੈਨੂੰ 500 ਦਾ ਵਾਅਦਾ ਕੀਤਾ ਸੀ ਮੰਮਾ ਨੇ ਆਪਣੇ ਵਾਅਦੇ ਤੋਂ ਮੁੱਕਰੀ ਤਾਂ ਨਹੀਂ ਹੁੰਦਾ ਫਿਰ ਤੈਨੂੰ ਕੀ ਬਣਾਇਆ ਸੀ 500 ਆਹ ਚੱਲ 200 ਜ਼ਿਆਦਾ ਮੈਂ ਕਰ ਦਾਂਗਾ 200 ਦੇ ਨਾ ਗਲਤ ਗੱਲ ਵੀ ਫਿਰ ਫਿਰ ਉਹ ਵਾਅਦੇ ਤੋਂ ਨਹੀਂ ਗਲਤ ਗੱਲ ਵੱਡੇ ਆਉਣ ਵਾਲਾ ਵੱਡੇ ਦੇ ਆਪਣਾ ਜਿਹੜੇ ਤੈਨੂੰ ਕਿਹਾ ਜਿਹੜੇ ਤੇਰੇ ਗਿਫਟ ਆਉਣਗੇ ਆਹ ਸਾਰੀਆਂ ਐਵੇਂ ਬੇਟਾ ਕਿੰਨੀਆਂ ਲੱਗਿਆ ਨਾ ਸਾਰੀਆਂ ਸਾਰੀਆਂ ਤੋੜੀਆਂ ਨੇ ਚਲਾਈ ਇੱਕ ਦਿਨ ਵੀ ਸਾਰੀਆਂ ਲੱਗੀਆਂ ਬੇਟਾ ਆਪਾਂ ਕੋਈ ਨੀ ਛੱਡੀ ਸਭ ਤੋੜ ਤੜ ਦੇ ਸੀ ਤੁਹਾਨੂੰ ਬੱਚਾ ਤੁਸੀਂ ਕੀ ਲੱਭ ਰਹੇ ਹੋ ਕਿਹਦੇ ਵਾਸਤੇ ਬੇਟਾ ਜੋ ਨੈਕਸਟ ਉੱਥੇ ਉਧਰ ਸਟੇਸ਼ਨਰੀ ਜਿਹੜੀ ਲਈ ਉਹ ਬੁੱਕ ਸ਼ਾਪ ਤੋਂ ਪਤਾ ਨੀ ਤੁਹਾਨੂੰ ਕਿੰਨੀ ਕੁ ਚਾਹੀਦੀ ਐਵੇਂ ਉਲਟੇ ਕੰਮ ਨਾ ਕਰਿਆ ਕਰ ਜਾਂਦੇ ਤੂੰ ਤੋੜ ਆ ਗ੍ਰਿਪ ਲਾ ਦੇ ਫਲਾਣੀ ਲਾ ਦੇ ਪੈਸੇ ਕਿਸ ਚੀਜ਼ ਦੇ ਦਈਦੇ ਨੇ ਚੀਜ਼ਾਂ ਤੋੜਨ ਦੇ ਤੂੰ ਕੋਈ ਵੀ ਚੀਜ਼ ਨਹੀਂ ਰੱਖਦਾ ਫਤਿਹ ਅੰਕਲ ਨੂੰ ਪੁੱਛ ਕਿੰਨੀਆਂ ਲੱਗੀਆਂ ਏ ਖਰਾਬ ਹੈ ਫਤਿਹ ਤੂੰ ਹੁਣ ਤੇਰੀ ਮੰਮਾ ਨੇ ਪ੍ਰੋਮਿਸ ਨਹੀਂ ਕਰਨਾ ਗਾ ਤੂੰ 500 ਗਿਆ ਸੀ ਤੇ 700 ਤੱਕ ਪਹੁੰਚ ਗਿਆ ਮੈਂ ਵੀ ਮੰਨ ਲੈ ਲਿਆ ਉਹ ਵੀ 500 ਦੇ ਬਹੁਤ ਜ਼ਿਆਦਾ ਥੱਲੇ ਤੇਰਾ ਤੇ 200 ਰੁਪਏ ਦਾ ਬੇਟਾ ਬਸ ਓਕੇ ਜੀ ਧੰਨਵਾਦ ਜੀ ਕੀ ਲੈਣਾ ਗਾ ਸੀਰੇ ਚੋਕੋ ਦਾ ਕੀ ਕਰਨਾ ਰਹਿਣ ਦੇ ਬਿਨਾਂ ਮਤਲਬ ਤਾਂ ਐਵੇਂ ਆਪਣਾ ਸਮਾਨ ਵੇਖ ਸਿੱਧ ਕਹਿ ਲਓ ਨਾ ਤੂੰ ਖਾਣੇ ਨਾ ਖਾਣੇ ਚੱਲ ਰੱਖ ਦੇ ਲੈ ਲੈ ਇੱਕ ਉਹ ਵੀ ਤਾਂ ਹੁੰਦੇ ਨੇ ਉਹ ਕਿਹੜੇ ਹਨ ਸਿੱਧ ਜਿਹੜੇ ਕਲਰਫੁੱਲ ਹੁੰਦੇ ਨੇ ਜਿਹੜੇ ਨਹੀਂ ਨਹੀਂ ਕੋਰਨਫਲੇਕਸ ਨਹੀਂ ਯਾਰ ਐਵੇਂ ਦੇ ਸਿੱਧ ਉਹਦੇ ਇਹ ਕਲਰ ਵਾਲੇ ਤਾਂ ਆਏ ਸੀ ਕਿਹੜੀ ਮੈਂ ਨਾਮ ਭੁੱਲ ਗਿਆ ਨਾਮ ਕੀ ਸੀ ਹੈ ਨਾ ਨਾ ਉਹੀ ਸਨ ਟੇਸਟੀ ਨਹੀਂ ਹੁੰਦੇ ਚਲੋ ਸਮਾਨ ਲਓ ਕੀ ਚੀਜ਼ ਆ ਆਜੋ ਆਜੋ ਮੈਗੀ ਸੰਡੇ ਨੂੰ ਮਿਲੇਗੀ ਵੀਕ ਚ ਇੱਕ ਦਿਨ ਬਸ ਓਨਲੀ ਨਹੀਂ ਖਾਣੇ ਹੋਣਾ ਕੋਈ ਸਾਰਾ ਰੋਜ਼ ਵਿਆਹ ਹੀ ਹੁੰਦੇ ਨੇ ਸਾਰਾ ਦਿਨ ਗੋਲਗੱਪੇ ਨਹੀਂ ਖਾਣੇ ਸਿਰ ਦਾ ਪਖਾਈ ਚਾਪ ਫਤਿਹ ਤੂੰ ਗੋਲਗੱਪਾ ਖਾਲਾ ਮੰਮਾ ਰਾਣਾ ਮੰਮਾ ਦਾਦੀ ਮੰਮਾ ਖਾਣ ਲੱਗੇ ਨੇ ਖਾਲਾ ਪੱਕਾ ਨੂਡਲ ਬੇਟਾ ਚਾਪ ਬੋਲਤੀ ਜਾਣੇ ਚਾਪ ਖਾਓ ਪਹਿਲਾਂ ਨੂਡਲ ਨਾਡਲ ਹੀ ਖਾਈ ਦੇ ਟੇਸਟੀ ਹੈ ਅਫਗਾਨੀ ਚਾਪ ਹੈਲਦੀ ਹੈ ਚਾਪ ਖਾਓ ਚਾਪ ਸਭ ਕਬਾਬ ਅਫਗਾਨੀ ਚਾਪ ਚੱਕੋ ਮੰਮੀ ਕੀ ਵੇਟ ਕਰਦੇ ਹੋ ਖਾਓ ਆਪਾਂ ਹੋਰ ਇੱਕ ਚਾਪ ਆਰਡਰ ਕੀਤੀ ਹੈ ਪਾਪਾ ਜੀ ਮੈਨੂੰ ਨਾ ਇਨਸਾਫੀ ਹੋ ਗਈ ਹੈ ਕਾਤੋ ਤੁਸੀਂ ਪਹਿਲਾਂ ਮੈਨੂੰ ਕਿਹਾ ਨਹੀਂ ਕਿ ਇਹ ਜ਼ਿਆਦਾ ਜੈਲੀ ਪਾਉਂਦੇ ਨੇ ਜ਼ਿਆਦਾ ਜੈਲੀ ਪਾਉਂਦੇ ਚੱਲ ਤੂੰ ਜੈਲੀਆਂ ਤੂੰ ਖਾ ਲਈ ਦਾਦੂ ਨੇ ਤੇ ਹੋਰ ਕੁਝ ਖਾਣਾ ਨਹੀਂ ਹੁੰਦਾ ਦਾਦੂ ਬਾਹਰ ਦੀ ਚੀਜ਼ ਖਾਂਦੇ ਨਹੀਂ ਬਿਲਕੁਲ ਅਸੀਂ ਸਾਰੇ ਖਾਂਦੇ ਪੰਜੇ ਨੇ ਦਾਦੂ ਖਾਂਦੇ ਨੇ ਸਿਰਫ
ਫਲੂਦਾ ਆਈਸਕ੍ਰੀਮ ਤੇ ਕੁਲਫੀ ਹੈ ਰਬੜੀ ਵਾਲੀ ਬੜੀ ਵਧੀਆ ਹਾਂਜੀ ਇੱਧਰ ਰੈਪ ਅਜੇ ਮੁੱਕਿਆ ਨੀ ਸਾਡੇ ਕੋਲ ਰੈਪ ਹੀ ਨੀ ਮੁੱਕਿਆ ਅਜੇ ਮੁੱਕਿਆ ਨੀ ਭਈਆ ਪੈਕ ਕਰਨਾ ਯਾਰ ਸੋਰੀ ਪੈਕ ਕਰਨਾ ਬੜੀ ਲੇਟ ਹੋ ਗਏ ਥੱਕ ਕੇ ਆਏ ਆ ਘੁੰਮ ਫਿਰ ਕੇ ਇੰਜੋਏ ਕਰਕੇ ਆਏ ਆ ਕੀ ਹੋਇਆ ਨਿੰਦਰ ਆ ਗਈ ਫਿਰ ਸੋ ਬੇਟਾ ਫਤਿਹ ਮੈਨੂੰ ਵੀ ਨੀਂਦਰ ਆ ਗਈ ਨਹੀਂ ਬੜਾ ਠੰਡ ਹੈ ਬੜੀ ਅੱਜ ਫਤਿਹ ਚੱਲ ਬੱਚੀ ਸੋਈਏ ਫਿਰ ਸਵੇਰੇ ਉੱਠਣਾ ਵੀ ਛੇਤੀ ਤੇਰੀ ਤੇ ਰੋਜ਼ ਹੀ ਛੁੱਟੀ ਹੁੰਦੀ ਹੈ ਪੇਪਰ ਏ ਤੇਰੇ ਤੇ ਪਤਾ ਸਾਰੇ 2020 ਆਉਣੇ ਨੇ ਚਲੋ ਬੱਚੀ ਹੁਣ ਕਰੋ ਵਲੌਗ ਦਾ ਐਂਡ ਸੋਈਏ ਚਲੋ ਫਰੈਂਡਸ ਹੁਣ ਅਸੀਂ ਕਰਨੇ ਆ ਆਪਣੇ ਵਲੌਗ ਦਾ ਐਂਡ ਤੇ ਮੈਂ ਇਹ ਗੱਲ ਨੋਟਿਸ ਕੀਤੀ ਹੈ ਕਿ ਕਾਫੀ ਲੋਕ ਪੁੱਛਦੇ ਨੇ ਕਿ ਮੈਂ ਕਿਹੜੀ ਕਲਾਸ ਦੇ ਵਿੱਚ ਹਾਂ ਮੈਂ ਆ 8th ਦੇ ਵਿੱਚ ਤੇ ਹੁਣ ਮੈਂ ਹੋ ਜਾਵਾਂਗੀ 9th ਦੇ ਵਿੱਚ ਐਗਜ਼ਾਮਸ ਤੋਂ ਬਾਅਦ ਤੇ ਫਤਿਹ ਤੂੰ ਵੀ ਦੱਸ ਦੇ ਮੈਂ ਹੁਣ 4th 'ਚ ਤੇ ਮੈਂ ਹੁਣ 5th 'ਚ ਹੋ ਜਾਵਾਂਗਾ ਫਤਿਹ 4th 'ਚ 5th 'ਚ ਹੋ ਜਾਏਗਾ ਪ੍ਰਮੋਟ ਸੀਰਤ 8th ਤੇ 9th 'ਤੇ ਕਈ ਕਹਿੰਦੇ ਸੀਰਤ ਲੱਗਦੀ ਨਹੀਂ 8th 'ਤੇ 'ਚ ਮੈਂ 5ਵੀਂ 6ਵੀਂ ਕਲਾਸ 'ਚ ਹੋਈ ਹਾਲੇ ਕੋਈ ਨਹੀਂ ਚਲੋ ਹੁਣ ਤੁਸੀਂ ਵੀ ਗਾਈਜ਼ ਦੱਸੋ ਕਮੈਂਟ ਕਰਕੇ ਤੁਸੀਂ ਕਿਹੜੀ ਕਿਹੜੀ ਕਲਾਸ 'ਚ ਹੋ ਕਰੋ ਤੁਸੀਂ ਵੀ ਆਪਣੇ ਆਪਣੇ ਕਮੈਂਟ ਤੇ ਇਹਨਾਂ ਦਾ ਤੁਹਾਨੂੰ ਦੱਸ ਦਿੱਤਾ ਮਿਲਣਾ ਤੁਹਾਨੂੰ ਫਿਰ ਇੱਕ ਨਵੇਂ ਬਲੌਗ ਦੇ ਨਾਲ ਉਦੋਂ ਤੱਕ ਲਈ ਬਾਏ ਚਲੋ ਚੀਕੂ ਤੁਸੀਂ ਕਰ ਦਿਓ ਬਾਏ ਚੀਕੂ ਦੀ ਬੇਬੀ ਗੁਡ ਨਾਈਟ ਸ਼ੀਵਿੰਗ ਬਾਏ 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 ਬਾਏ